10 मिनट भूआ दे घरे गए। उस तो बाद इनवेटर का तो पड़ाका पै गया, सारे घर नूं अग लग गई, कमरे च सारा समान मच गया। वीरे मैंने मसा बनाया सी घर के पोचे ला ला के, मैनू कल तक मेरी छुट्टी दी है भी तू घरे रह, मैं कल भी कम करके फिर आपके घरे आई सी। मेरे गहने भी, मेरे बच्चा कपड़े जी, जुते जोड़े, नमारी, कूलर, इनवेटर अग लग गई सारे जी, एलईडी सारा समान मच गई, कुछ नहीं है जी मेरे घर च। हूं अंदर 15 वार्ड ਅਸੀਂ ਮੇਰੀ ਭੂਆ ਦੇ ਨਹੀਂ ਵਗ ਉੱਧਰ ਉਹਨਾਂ ਦੀ ਨੂੰ ਢਿੱਲੀ ਤੀ, ਅਸੀਂ ਦਵਾਈ ਦਵਾਉਣ ਗਏ ਸੀ, ਬਸ 10 ਕੁ ਮਿੰਟ ਅਸੀਂ ਬਾਹਰ ਗਏ ਹਾਂ, ਇੰਨੇ 'ਚ ਅੱਗ ਲੱਗ ਗਈ ਵੀਰੇ, ਲੱਖ ਡੇਢ ਲੱਖ ਦਾ ਨੁਕਸਾਨ ਹੋ ਗਿਆ। ਕੀ ਕੁਛ ਮੱਚ ਗਿਆ? ਐਲ ਸੀ ਡੀ ਮੱਚ ਗਈ ਵੀਰੇ, ਅਤੇ ਨਮਾਰੀ ਮੱਚ ਗਈ, ਇਨਵੈਟਰ ਮੱਚ ਗਿਆ, ਅਤੇ ਕੂਲਰ ਨੂੰ ਅੱਗ ਲੱਗ ਗਈ ਵੀਰੇ, ਪੱਖੇ ਨੂੰ ਲੱਗ ਗਈ, ਪਿੰਡ ਪੱਖੇ। ਹੁਣ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਜੋ ਵੀ ਸਾਨੂੰ ਸਹਾਰਾ, ਜੋ ਵੀ ਕੁਛ ਵੀ। ਅਸੀਂ 10 ਮਿੰਟੇ ਸਿਰਫ ਮੇਰੇ ਨਾਲ, ਮੇਰੀ ਘਰ ਵਾਲੀ ਬਿਮਾਰ ਸੀ, ਬਸ 10 ਮਿੰਟ ਬਾਹਰੇ ਗਏ, 10 ਮਿੰਟਾਂ 'ਚ ਅੱਗ ਲੱਗ ਗਈ, ਅਤੇ ਅੱਗ ਲੱਗਣ ਤੋਂ ਬਾਅਦ ਨਮਾਰੀ ਮੱਚ ਗਈ, ਇਨਵੈਟਰ ਮੱਚ ਗਿਆ, LCD ਮੱਚ ਗਈ, ਜਵਾਕਾਂ ਦੇ ਕੱਪੜੇ ਮੱਚ ਗਏ, ਅਸੀਂ ਆ ਕੇ ਅੱਗ ਬੁਝਾਈ, ਪੱਖੇ ਮੱਚ ਗਏ ਮੇਰੇ, 1-2 ਲੱਖ ਦਾ ਨੁਕਸਾਨ ਹੈਗਾ। ਅਸੀਂ ਮੰਗ ਇਹ ਕਰਦੇ ਹਾਂ ਸਰਕਾਰ ਤੋਂ ਵੀ ਸਾਨੂੰ ਕੋਈ ਸਹਾਇਤਾ ਦਿੱਤੀ ਜਾਵੇ। ਇਹ ਜੀ ਸੰਦੀਪ ਸਿੰਘ, ਸਨ ਆਫ ਸੁਖਦੇਵ ਸਿੰਘ, ਵਾਰਡ ਨੰਬਰ 15 ਲਹਿਰਾ। ਇਹ ਸਿਵਲ ਹਸਪਤਾਲ 'ਚ ਇੱਥੇ ਦਵਾਈ ਦਵਾਉਣ ਗਏ ਸੀਗੇ ਜੀ, ਆਪਦੀ ਭੂਆ ਦੀ ਨੂੰਹ ਨੂੰ ਜੀ, ਅਤੇ ਇਹਨਾਂ ਨੂੰ ਜਦੋਂ ਪਤਾ ਲੱਗਿਆ ਆਉਂਦਿਆਂ ਨੂੰ ਵੀ ਅੱਗ ਲੱਗੀ ਪਈ ਹੈ ਜੀ, ਆਉਂਦਿਆਂ ਨੂੰ ਇਹਨਾਂ ਨੂੰ ਪਤਾ ਲੱਗਿਆ ਗਾ, ਉਦੋਂ ਬਾਅਦ ਆਂਢ ਗੁਆਂਢ ਨੇ ਹੋਰ ਇਕੱਠਿਆਂ ਨੇ ਹੋ ਕੇ ਅੱਗ ਬੁਝਾਈ ਹੈ ਜੀ, ਅਤੇ ਇਹਨਾਂ ਦਾ ਅੱਗ ਦਾ ਨੁਕਸਾਨ ਤਕਰੀਬਨ ਹੈਗਾ ਗਾ 1 ਲੱਖ ਰੁਪਈਏ ਦਾ ਨੁਕਸਾਨ ਹੈਗਾ ਜੀ। LCD ਆ ਗਈ, ਹੋਰ ਘਰੇਲੂ ਸਮਾਨ ਆ ਜੀ, ਬਿਜਲੀ ਦੀ ਉਹ ਆ, ਸ਼ਾਰਟ ਸਰਕਟ ਨਾਲ ਹੀ ਅੱਗ ਲੱਗੀ ਹੈ ਜੀ ਇਹ, ਅਤੇ ਕਿਸੇ 'ਤੇ ਕੋਈ ਇਹਨਾਂ ਨੂੰ ਕੋਈ ਗਿਲਾ ਸਿਕਵਾ ਜਾਂ ਸ਼ੱਕ ਨਹੀਂ ਹੈ।